ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ, ਭਗਵੰਤ ਮਾਨ ਅਸੀਂ ਮਾੜਾ ਕੀ ਕਰਤਾ ਯਾਰ ਬਾਈ, ਅਸੀਂ ਕੀ ਮਾੜਾ ਕਰਤਾ ਯਾਰ ਪੰਜਾਬ ਲਈ, ਤੂੰ ਸਾਡਾ ਏਡਾ ਬੜਾ ਦੁਸ਼ਮਣ ਕਿਉਂ ਬਣ ਗਿਆ ਯਾਰ, ਏਡਾ ਸਾਡਾ ਤੂੰ ਦੁਸ਼ਮਣ ਕਿਉਂ ਬਣ ਗਿਆ, ਤੈਨੂੰ ਅਸੀਂ ਮੁੱਖ ਮੰਤਰੀ ਬਣਾਇਆ ਯਾਰ, ਤੈਨੂੰ ਅਸੀਂ ਵੋਟਾਂ ਪਾਈਆਂ, ਤੈਨੂੰ ਅਸੀਂ MP ਵਾਲੇ ਵੋਟਾਂ ਪਾਈਆਂ ਯਾਰ, ਤੂੰ ਏਡਾ ਵੱਡਾ ਸਾਡਾ ਦੁਸ਼ਮਣ ਕਿਉਂ ਬਣ ਗਿਆ ਬਾਈ ਯਾਰ, ਜੇਕਰ ਤੇਰੇ ਤੇ ਉੱਪਰ ਤੂੰ ਕਹਿਣਾ ਮੇਰੇ ਉੱਪਰ ਸੈਂਟਰ ਦਾ ਦਬਾਅ ਹੈ, ਫਿਰ ਕੁਰਸੀ ਛੱਡ ਦੇ ਬਾਈ, ਤੂੰ ਇਹ ਗੱਲ ਕਹਿਣਾ ਵੀ ਮੈਂ 100 ਵਾਰੀ ਮੇਰੀ ਕੁਰਸੀ ਕਰਵਾਉਣਾ ਪੰਜਾਬ ਲਈ, ਤੂੰ ਇੱਕ ਵਾਰੀ ਸਾਡੀ ਕੁਰਸੀ ਕਰਵਾਉਣ ਕਰਕੇ ਦਿਖਾ ਦੇ ਪੰਜਾਬ ਲਈ, ਕਿਉਂ ਸਾਡੇ ਪੰਜਾਬ ਦੇ ਤੂੰ ਨੌਜਵਾਨਾਂ ਦਾ ਬੈਰੀ ਬਣ ਗਿਆ, ਕਿਉਂ ਸਾਡੇ ਪੱਗਾਂ ਦਾ ਦੁਸ਼ਮਣ ਬਣ ਗਿਆ ਬਾਈ, ਕਿਉਂ ਸਾਡੇ ਤੂੰ ਸਿੱਖਾਂ ਦਾ ਦੁਸ਼ਮਣ ਬਣ ਗਿਆ ਬਾਈ, ਅਸੀਂ ਬੁਰਾ ਕੀ ਕਰਤਾ ਬਾਈ, ਇਸ ਜਿੱਦਾਂ ਜਵਾਬ ਦੇ ਮੈਨੂੰ ਮੁੱਖ ਮੰਤਰੀ ਸਾਹਿਬ, ਹਰ ਰੋਜ਼ ਯਾਰ ਤੂੰ ਸਾਡੇ ਘਰਾਂ 'ਚ ਪੁਲਿਸ ਭੇਜ ਦਿੰਦਾ ਯਾਰ, ਸਾਡਾ ਤੂੰ ਜਿਉਣਾ ਦੁੱਭਰ ਕਰਿਆ ਪਿਆ, ਸਾਡੇ ਉੱਪਰ ਪਰਚੇ ਪਾ ਕੇ ਤੂੰ ਅੰਦਰ ਬਿਠਾਤਾ ਯਾਰ, ਐ ਤਾਂ ਨਹੀਂ ਬਾਈ ਅਸੀਂ ਬੈਠਣ ਵਾਲੇ ਹੈਗੇ ਬਾਈ, ਸਾਨੂੰ ਐਂ ਕਰ ਜਿਵੇਂ ਪਹਿਲਾਂ ਵਾਲੇ ਸਾਡੇ ਭਰਾ ਮਾਰੇ ਨੇ, ਤੂੰ ਸਾਨੂੰ ਮਾਰ ਹੀ ਦੇ, ਤੂੰ ਇੱਕ ਦਿਨ ਲਿਆ ਕੇ ਗੋਲੀਆਂ ਕਿਸੇ ਤੋਂ ਮਰਵਾ ਕੇ ਸਾਨੂੰ ਖਤਮ ਕਰ ਦੇ ਬਾਈ, ਮੁੱਖ ਮੰਤਰੀ ਸਾਹਿਬ ਸਾਨੂੰ ਖਤਮ ਹੀ ਕਰਦੇ ਯਾਰ, ਨਿਬੇੜ ਤਾਂ ਤੂੰ ਜੱਬ, ਤੂੰ ਹੋਰ ਆਪਦੇ ਬੱਚੇ ਜੰਮ ਲੈ, ਤੂੰ ਆਪਦੇ ਜੱਜੂ ਕਹਿੰਦਾ ਪਰਿਵਾਰਵਾਦ ਨਹੀਂ ਵਧਾਉਣਾ, ਤੂੰ ਆਪਦੇ ਪਰਿਵਾਰ ਆਪਦੇ ਜਵਾਕ ਜੰਮ ਕੇ ਉਹਨਾਂ ਨੂੰ MLA ਮੁੱਖ ਮੰਤਰੀ ਬਣਾ ਲਈ ਬਾਈ, ਅਸੀਂ ਨਹੀਂ ਬਾਈ ਅਸੀਂ ਨਹੀਂ MLA ਮੁੱਖ ਮੰਤਰੀ ਬਣਦਾ, ਤੂੰ ਬਣ ਜਾ ਬਾਈ, ਪਰ ਸਾਡਾ ਤਾਂ ਬੜਾ ਦੁਸ਼ਮਣ ਕਿਉਂ ਬਣ ਗਿਆ ਯਾਰ ਤੂੰ ਬਾਈ ਯਾਰ, ਤੈਨੂੰ ਜਮੀ ਕਿਸੇ ਚੀਜ਼ ਦਾ ਯਾਰ ਕੋਈ ਦਿਆ ਹੀ ਨਹੀਂ ਰਹੀ ਤੇਰੇ ਅੰਦਰ ਯਾਰ, ਤੂੰ ਚੱਕਦਾ ਸਾਡੇ ਮਗਰ ਪੁਲਿਸਾਂ ਲਾ ਦੇਣਾ, ਤੂੰ ਪੰਜਾਬ ਦਾ ਮੁੱਖ ਮੰਤਰੀ ਆ ਯਾਰ, ਤੂੰ ਉੱਥੇ ਬੈਠਾ ਆਰਡਰ ਜਾਰੀ ਕਰੀ ਜਾਂਦਾ ਯਾਰ, ਇਹ ਕੋਈ ਗੱਲ ਥੋੜੂ ਆ, ਸੀ ਸਾਡੇ ਪੰਜਾਬ ਦੀ ਗੱਲ ਆ, ਤੂੰ ਮੈਨੂੰ ਇੱਕ ਗੱਲ ਦਾ ਦਿਖਾ ਰਹੇ, ਤੂੰ MP ਬਣਨ ਤੋਂ ਪਹਿਲਾਂ ਇੱਕ ਵੀ ਕੋਈ ਪੰਜਾਬ ਦੀ ਲੜਾਈ ਲੜੀ ਹੋਵੇ, ਇੱਧਰ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਕਰਾਂ ਜੇ ਭਗਵੰਤ ਮਾਨ ਸਿਆ, ਦੱਸ ਅਸੀਂ ਜਿੱਥੇ ਵੀ ਕਿਤੇ ਸਾਡੇ ਪੰਜਾਬ ਦੀ ਗੱਲ ਆ, ਅਸੀਂ ਹਿੱਕ ਡਾ ਕੇ ਆਪਣੇ ਪੰਜਾਬ ਲਈ ਖੜਦੇ ਆ, ਤੇਰੇ ਤੋਂ ਪਹਿਲਾਂ ਸਰਕਾਰਾਂ ਨੇ ਸਾਡੇ ਤੇ ਪਰਚੇ ਪਾ ਕੇ ਤੱਕ ਗਈਆਂ, ਅਸੀਂ ਉਦੋਂ ਨੂੰ ਚੁੱਪ ਕਰੇ, ਤੂੰ ਜਦੋਂ ਕਹਿੰਦਾ ਹੁੰਦਾ ਸੀਗਾ ਭਗਵੰਤ ਮਾਨ ਸਿਆ, ਤੂੰ ਕਹਿੰਦਾ ਹੁੰਦਾ ਸੀਗਾ ਮੈਨੂੰ ਮੁੱਖ ਮੰਤਰੀ ਨਹੀਂ ਲਾਉਂਦੇ, ਮੈਂ ਪੰਜਾਬ ਦਾ ਭਲਾ ਕਰ ਦੂੰਗਾ, ਤੇਰੇ ਸੀ ਹੱਕ ਦੇ ਵਿੱਚ ਬੋਲਦੇ ਰਿਹਾ ਯਾਰ, ਤੂੰ ਸਾਡਾ ਏਡਾ ਬੜਾ ਦੁਸ਼ਮਣ ਬਣ ਗਿਆ ਯਾਰ, ਕਮਾਲ ਦੀ ਗੱਲ ਆ ਭਗਵੰਤ ਮਾਨ ਸਿਆ ਯਾਰ ਤੇਰੀ ਯਾਰ, ਪੰਜਾਬ ਦੇ ਲੋਕੋ, ਮੇਰੇ ਪਿੰਡਾਂ ਦੇ ਲੋਕੋ, ਹੁਣ ਤੁਹਾਨੂੰ ਬੇਨਤੀ ਕਰਦਾ, ਸਾਡੇ ਨਾਲ ਜੋ ਇਸ ਟਾਈਮ ਅਸੀਂ ਆਪਦੇ ਤਨ ਤੇ ਹੰਢਾ ਰਹੇ ਹਾਂ ਨਾ, ਉਹ ਅਸੀਂ ਜਾਣਦੇ ਆ ਜਾਂ ਸਾਨੂੰ ਪਤਾ, ਪਰ ਪਿੰਡਾਂ ਦੇ ਵਿੱਚ ਹੁਣ ਬਣ ਨਾ ਦਿਓ, ਜੇ ਪਿੰਡਾਂ ਦੇ ਤੁਹਾਡੇ ਵਿੱਚ ਅਣਖ ਹੈ, ਖੜਾ ਕੇ ਸਵਾਲ ਚੁਰਾਹੇ ਦੇ ਵਿੱਚ ਖੜ ਕੇ ਸਵਾਲ ਪੁੱਛਿਓ, ਬੇਸਾ ਕਹੋ ਮੈਂ ਕੱਲੀ ਆਮ ਆਦਮੀ ਪਾਰਟੀ ਦੀ ਨਹੀਂ ਗੱਲ ਨਹੀਂ ਕਰਦਾ, ਕੱਲੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦਾ, ਸਾਰਿਆਂ ਨੂੰ ਖੜਾ ਕੇ ਸਵਾਲ ਪੁੱਛਿਓ, ਕਿਹੜਾ ਸਾਡੀ ਕਿਸਾਨੀ ਲਈ ਖੜ ਰਿਹਾ, ਕਿਹੜਾ ਸਾਡੇ ਨੌਜਵਾਨ ਦਾ ਜ਼ਿਲ੍ਹਾ ਦੇ ਵਿੱਚ ਫਸੇ ਨੇ ਉਹਨਾਂ ਲਈ ਖੜ ਰਿਹਾ, ਕੌਣ ਸਾਡੇ ਪੰਜਾਬ ਦੇ ਲਈ ਹੱਕ ਦਾ ਹਾਂ ਦਾ ਨਾਰਾ ਹੱਕ ਦੇ ਵਿੱਚ ਮਾਰ ਰਿਹਾ, ਤੁਸੀਂ ਸਾਡੇ ਦੁਸ਼ਮਣ ਬਣ ਕੇ ਯਾਰ, ਜਿੰਨੇ ਵੀ ਰਾਜਨੀਤਿਕ ਬੰਦੇ ਹੋ ਅੰਦਰ, ਤੁਸੀਂ ਸਾਰੇ ਇਕੱਠੇ ਮਿਲੇ ਹੋਏ ਹੋ ਅੰਦਰ, ਸਾਰੇ ਦਿੱਲੀ ਨਾਲ ਮਿਲੇ ਹੋਏ ਹੋ, ਤੁਸੀਂ ਸਾਨੂੰ ਮਾਰਦੇ ਤੁਲ ਗਏ ਯਾਰ, ਤੁਸੀਂ ਸਾਨੂੰ ਘਰਾਂ ਦੇ ਵਿੱਚੋਂ ਬਾਹਰ ਨਿਕਲ ਲੈਂਦੇ ਯਾਰ, ਅਸੀਂ ਇੰਨੇ ਗੁਲਾਮ ਬਣਾ ਕੇ ਤੁਸੀਂ ਸਾਨੂੰ ਰੱਖਤਾ ਯਾਰ, ਅਸੀਂ ਜਾਈਏ ਕਿੱਧਰ ਨੂੰ, ਇਹਦਾ ਦੱਸ ਦਿਓ ਗੱਲ ਯਾਰ, ਜੇ ਸਾਡੇ ਖੂਨ ਦੇ ਵਿੱਚ ਹੱਕਾਂ ਲਈ ਲੜਨ ਦਾ ਜਨੂੰਨ ਆ, ਸਾਡੇ ਆਪਣੇ ਪੰਜਾਬ ਲਈ ਲੜਨ ਦਾ ਜਨੂੰਨ ਆ, ਤਾਂ ਇਹਦਾ ਮਤਲਬ ਤੁਸੀਂ ਸਾਡੇ ਐਡੇ ਬੜੇ ਦੁਸ਼ਮਣ ਹੋ ਯਾਰ, ਊਂ ਤਾਂ ਤੁਸੀਂ ਕਹਿੰਦੇ ਸੀ ਪੰਜਾਬ ਦੇ ਪੁੱਤੋਂ, ਕਿਹੜੀ ਪੱਖੋਂ ਪੰਜਾਬ ਦੇ ਪੁੱਤੋਂ, ਜਵਾਬ ਦਿਓ ਮੈਨੂੰ, ਕਿੱਥੋਂ ਤੁਸੀਂ ਪੰਜਾਬ ਦੇ ਕਿਹੜੇ ਪੰਜਾਬ ਦੇ ਪੁੱਤੋਂ, ਤੁਸੀਂ ਦੱਸੋ ਮੈਨੂੰ, ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ, ਭਗਵੰਤ ਮਾਨ ਅਸੀਂ ਮਾੜਾ ਕੀ ਕਰਤਾ ਯਾਰ ਬਾਈ, ਅਸੀਂ ਕੀ ਮਾੜਾ ਕਰਤਾ ਯਾਰ ਪੰਜਾਬ ਲਈ, ਤੂੰ ਸਾਡਾ ਏਡਾ ਬੜਾ ਦੁਸ਼ਮਣ ਕਿਉਂ ਬਣ ਗਿਆ ਯਾਰ, ਐਡਾ ਸਾਡਾ ਤੂੰ ਦੁਸ਼ਮਣ ਕਿਉਂ ਬਣ ਗਿਆ, ਤੈਨੂੰ ਅਸੀਂ ਮੁੱਖ ਮੰਤਰੀ ਬਣਾਇਆ ਯਾਰ, ਤੈਨੂੰ ਅਸੀਂ ਵੋਟਾਂ ਪਾਈਆਂ, ਤੈਨੂੰ ਅਸੀਂ MP ਵਾਲੇ ਵੋਟਾਂ ਪਾਈਆਂ ਯਾਰ, ਤੂੰ ਏਡਾ ਵੱਡਾ ਸਾਡਾ ਦੁਸ਼ਮਣ ਕਿਉਂ ਬਣ ਗਿਆ ਬਾਈ ਯਾਰ, ਜੇਕਰ ਤੇਰੇ ਤੇ ਉੱਪਰ ਤੂੰ ਕਹਿਣਾ ਮੇਰੇ ਉੱਪਰ ਸੈਂਟਰ ਦਾ ਦਬਾਅ ਹੈ, ਫਿਰ ਕੁਰਸੀ ਛੱਡ ਦੇ ਬਾਈ, ਤੂੰ ਇਹ ਗੱਲ ਕਹਿਣਾ ਵੀ ਮੈਂ 100 ਵਾਰੀ ਮੇਰੀ ਕੁਰਸੀ ਕਰਵਾਉਣਾ ਪੰਜਾਬ ਲਈ, ਤੂੰ ਇੱਕ ਵਾਰੀ ਸਾਡੀ ਕੁਰਸੀ ਕਰਵਾਉਣ ਕਰਕੇ ਦਿਖਾ ਦੇ ਪੰਜਾਬ ਲਈ, ਕਿਉਂ ਸਾਡੇ ਪੰਜਾਬ ਦੇ ਤੂੰ ਨੌਜਵਾਨਾਂ ਦਾ ਬੈਰੀ ਬਣ ਗਿਆ, ਕਿਉਂ ਸਾਡੇ ਪੱਗਾਂ ਦਾ ਦੁਸ਼ਮਣ ਬਣ ਗਿਆ ਬਾਈ, ਕਿਉਂ ਸਾਡੇ ਤੂੰ ਸਿੱਖਾਂ ਦਾ ਦੁਸ਼ਮਣ ਬਣ ਗਿਆ ਬਾਈ, ਅਸੀਂ ਬੁਰਾ ਕੀ ਕਰਤਾ ਬਾਈ, ਇਸ ਜਿੱਦਾਂ ਜਵਾਬ ਦੇ ਮੈਨੂੰ ਮੁੱਖ ਮੰਤਰੀ ਸਾਹਿਬ, ਹਰ ਰੋਜ਼ ਯਾਰ ਤੂੰ ਸਾਡੇ ਘਰਾਂ 'ਚ ਪੁਲਿਸ ਭੇਜ ਦਿੰਦਾ ਯਾਰ, ਸਾਡਾ ਤੂੰ ਜਿਉਣਾ ਦੁੱਭਰ ਕਰਿਆ ਪਿਆ, ਸਾਡੇ ਉੱਪਰ ਪਰਚੇ ਪਾ ਕੇ ਤੂੰ ਅੰਦਰ ਬਿਠਾਤਾ ਯਾਰ, ਐ ਤਾਂ ਨਹੀਂ ਬਾਈ ਅਸੀਂ ਬੈਠਣ ਵਾਲੇ ਹੈਗੇ ਬਾਈ, ਸਾਨੂੰ ਐਂ ਕਰ ਜਿਵੇਂ ਪਹਿਲਾਂ ਵਾਲੇ ਸਾਡੇ ਭਰਾ ਮਾਰੇ ਨੇ, ਤੂੰ ਸਾਨੂੰ ਮਾਰ ਹੀ ਦੇ, ਤੂੰ ਇੱਕ ਦਿਨ ਲਿਆ ਕੇ ਗੋਲੀਆਂ ਕਿਸੇ ਤੋਂ ਮਰਵਾ ਕੇ ਸਾਨੂੰ ਖਤਮ ਕਰ ਦੇ ਬਾਈ।
ਮੁੱਖ ਮੰਤਰੀ ਸਾਹਿਬ ਸਾਨੂੰ ਖਤਮ ਹੀ ਕਰਦੇ ਯਾਰ ਨਿਬੇੜ ਦਾ, ਤੂੰ ਜੱਬ ਤੂੰ ਹੋਰ ਆਪਦੇ ਬੱਚੇ ਜੰਮ ਲੈ, ਤੂੰ ਆਪਦੇ ਜੱਜੂ ਕਹਿੰਦਾ ਪਰਿਵਾਰਵਾਦ ਨਹੀਂ ਵਧਾਉਣਾ, ਤੂੰ ਆਪਦੇ ਪਰਿਵਾਰ ਆਪਦੇ ਜਵਾਕ ਜੰਮ ਕੇ ਉਹਨਾਂ ਨੂੰ MLA ਮੁੱਖ ਮੰਤਰੀ ਬਣਾ ਲਈ ਬਾਈ, ਅਸੀਂ ਨੀ ਬਾਈ ਅਸੀਂ ਨੀ MLA ਮੁੱਖ ਮੰਤਰੀ ਬਣਦਾ, ਤੂੰ ਬਣ ਜਾ ਬਾਈ, ਪਰ ਸਾਡਾ ਤਾਂ ਬੜਾ ਦੁਸ਼ਮਣ ਕਿਉਂ ਬਣ ਗਿਆ ਯਾਰ ਤੂੰ ਬਾਈ ਯਾਰ, ਤੈਨੂੰ ਜਮੀ ਕਿਸੇ ਚੀਜ਼ ਦਾ ਯਾਰ ਕੋਈ ਦਿਆ ਹੀ ਨੀ ਰਹੀ ਤੇਰੇ ਅੰਦਰ ਯਾਰ, ਤੂੰ ਚੱਕਦਾ ਸਾਡੇ ਮਗਰ ਪੁਲਸਾਂ ਲਾ ਦੇਣਾ, ਤੂੰ ਪੰਜਾਬ ਦਾ ਮੁੱਖ ਮੰਤਰੀ ਆ ਯਾਰ, ਤੂੰ ਉੱਥੇ ਬੈਠਾ ਆਰਡਰ ਜਾਰੀ ਕਰੀ ਜਾਂਦਾ ਯਾਰ, ਇਹ ਕੋਈ ਗੱਲ ਤੁਹਾਨੂੰ ਅਸੀਂ ਸਾਡੇ ਪੰਜਾਬ ਦੀ ਗੱਲ ਆ, ਤੂੰ ਮੈਨੂੰ ਇੱਕ ਗੱਲ ਦਾ ਦਿਖਾ ਰਹੇ ਤੂੰ MP ਬਣਨ ਤੋਂ ਪਹਿਲਾਂ ਇੱਕ ਵੀ ਕੋਈ ਪੰਜਾਬ ਦੀ ਲੜਾਈ ਲੜੀ ਹੋਵੇ, ਇੱਧਰ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਕਰ ਰਹੇ ਜੇ ਭਗਵੰਤ ਮਾਨ ਸਿਆ, ਦੱਸ ਅਸੀਂ ਜਿੱਥੇ ਵੀ ਕਿਤੇ ਸਾਡੇ ਪੰਜਾਬ ਦੀ ਗੱਲ ਆ, ਅਸੀਂ ਹਿੱਕ ਡਾ ਕੇ ਆਪਣੇ ਪੰਜਾਬ ਲਈ ਖੜਦੇ ਹਾਂ, ਤੇਰੇ ਤੋਂ ਪਹਿਲਾਂ ਤੂੰ ਤੇਰੇ ਤੋਂ ਪਹਿਲਾਂ ਸਰਕਾਰਾਂ ਨੇ ਸਾਡੇ ਤੇ ਪਰਚੇ ਪਾ ਕੇ ਤੱਕ ਗਈਆਂ, ਅਸੀਂ ਉਦੋਂ ਨੀ ਚੁੱਪ ਕਰੇ, ਤੂੰ ਜਦੋਂ ਕਹਿੰਦਾ ਹੁੰਦਾ ਸੀਗਾ ਭਗਵੰਤ ਮਾਨ ਸਿਆ, ਤੂੰ ਕਹਿੰਦਾ ਹੁੰਦਾ ਸੀਗਾ ਮੈਨੂੰ ਮੁੱਖ ਮੰਤਰੀ ਨਹੀਂ ਲਾਉਂਦੇ, ਮੈਂ ਪੰਜਾਬ ਦਾ ਭਲਾ ਕਰ ਦੂੰ, ਤਾਂ ਤੇਰੇ ਸੀ ਹੱਕ ਦੇ ਵਿੱਚ ਬੋਲਦੇ ਰਹੇ ਯਾਰ, ਤੂੰ ਸਾਡਾ ਐਡਾ ਬੜਾ ਦੁਸ਼ਮਣ ਬਣ ਗਿਆ ਯਾਰ, ਕਮਾਲ ਦੀ ਗੱਲ ਆ ਭਗਵੰਤ ਮਾਨ ਸਿਆ ਯਾਰ ਤੇਰੀ ਯਾਰ, ਪੰਜਾਬ ਦੇ ਲੋਕੋ ਮੇਰੇ ਪਿੰਡਾਂ ਵਾਲੇ ਲੋਕੋ ਹੁਣ ਤੁਹਾਨੂੰ ਬੇਨਤੀ ਕਰਦਾ, ਸਾਡੇ ਨਾਲ ਜੋ ਇਸ ਟਾਈਮ ਅਸੀਂ ਆਪਦੇ ਤਨ ਤੇ ਹੰਢਾ ਰਹੇ ਹਾਂ ਨਾ, ਉਹ ਅਸੀਂ ਜਾਣਦੇ ਹਾਂ ਜਾਂ ਸਾਨੂੰ ਪਤਾ, ਪਰ ਪਿੰਡਾਂ ਦੇ ਵਿੱਚ ਹੁਣ ਬਣ ਨਾ ਦਿਓ ਜੇ ਪਿੰਡਾਂ ਦੇ ਤੁਹਾਡੇ ਵਿੱਚ ਅਣਖ ਹੈ, ਖੜਾ ਕੇ ਸਵਾਲ ਚੁਰਾਹੇ ਦੇ ਵਿੱਚ ਖੜ ਕੇ ਸਵਾਲ ਪੁੱਛਿਓ, ਬੇਸਾ ਕਹੋ ਮੈਂ ਕੱਲੀ ਆਮ ਆਦਮੀ ਪਾਰਟੀ ਦੀ ਨਹੀਂ ਗੱਲ ਨਹੀਂ ਕਰਦਾ, ਕੱਲੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦਾ, ਸਾਰਿਆਂ ਨੂੰ ਖੜਾ ਕੇ ਸਵਾਲ ਪੁੱਛਿਓ, ਕਿਹੜਾ ਸਾਡੀ ਕਿਸਾਨੀ ਲਈ ਖੜ ਰਿਹਾ, ਕਿਹੜਾ ਸਾਡੇ ਨੌਜਵਾਨ ਦਾ ਜ਼ਿਲ੍ਹਾ ਦੇ ਵਿੱਚ ਫਸੇ ਨੇ ਉਹਨਾਂ ਲਈ ਖੜ ਰਿਹਾ, ਕੌਣ ਸਾਡੇ ਪੰਜਾਬ ਦੇ ਲਈ ਹੱਕ ਦਾ ਹਾਂ ਦਾ ਨਾਰਾ ਹੱਕ ਦੇ ਵਿੱਚ ਮਾਰ ਰਿਹਾ, ਤੁਸੀਂ ਸਾਡੇ ਦੁਸ਼ਮਣ ਬਣ ਕੇ ਯਾਰ ਜਿੰਨੇ ਵੀ ਰਾਜਨੀਤਿਕ ਬੰਦੇ ਹੋ, ਅੰਦਰ ਤੁਸੀਂ ਸਾਰੇ ਇਕੱਠੇ ਮਿਲੇ ਹੋਏ ਹੋ, ਅੰਦਰ ਸਾਰੇ ਦਿੱਲੀ ਨਾਲ ਮਿਲੇ ਹੋਏ ਹੋ, ਤੁਸੀਂ ਸਾਨੂੰ ਮਾਰਦੇ ਤੁਲ ਗਏ ਯਾਰ, ਤੁਸੀਂ ਸਾਨੂੰ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦਿੰਦੇ ਯਾਰ, ਅਸੀਂ ਇੰਨੇ ਗੁਲਾਮ ਬਣਾ ਕੇ ਤੁਸੀਂ ਸਾਨੂੰ ਰੱਖਤਾ ਯਾਰ, ਅਸੀਂ ਜਾਈਏ ਕਿੱਧਰ ਨੂੰ ਇਹਦਾ ਦੱਸ ਦਿਓ ਗੱਲ ਯਾਰ, ਜੇ ਸਾਡੇ ਖੂਨ ਦੇ ਵਿੱਚ ਹੱਕਾਂ ਲਈ ਲੜਨ ਦਾ ਜਨੂਨ ਆ, ਸਾਡੇ ਆਪਣੇ ਪੰਜਾਬ ਲਈ ਲੜਨ ਦਾ ਜਨੂਨ ਆ, ਤਾਂ ਇਹਦਾ ਮਤਲਬ ਤੁਸੀਂ ਸਾਡੇ ਐਡੇ ਬੜੇ ਦੁਸ਼ਮਣ ਹੋ ਯਾਰ, ਊਂ ਤਾਂ ਤੁਸੀਂ ਕਹਿੰਦੇ ਸੀ ਪੰਜਾਬ ਦੇ ਪੁੱਤੋਂ, ਕਿਹੜੀ ਪੱਖੋਂ ਪੰਜਾਬ ਦੇ ਪੁੱਤੋਂ, ਜਵਾਬ ਦਿਓ ਮੈਨੂੰ, ਕਿੱਥੋਂ ਤੁਸੀਂ ਪੰਜਾਬ ਦੇ ਕਿਹੜੇ ਪੰਜਾਬ ਦੇ ਪੁੱਤੋਂ ਤੁਸੀਂ ਦੱਸੋ ਮੈਨੂੰ।